ਨਵੀਂ ਸਰਕਾਰ ਮੁਰਦਾਬਾ ਇਥੇ ਕੋਈ ਪਿੰਡੋਂ ਦੂਜੇ ਤੇੋਂ ਆ ਕੇ ਨਸ਼ਾ ਫੁੱਲ ਵੇਚਦੇ ਆ ਜੇ ਉਹਨਾਂ ਨਾਲ ਗੱਲ ਕਰੀ ਦਿਓ ਆਂਦੇ ਪਾਰਕਾਂ ਤੁਸੀਂ ਮੋਦ ਲਈਆਂ ਰਜਿਸਟਰੀ ਕਰਾਈਆਂ ਜਿ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਵਾਅਦੇ ਸਾਨੂੰ ਤਾਂ ਜੇ ਕੋਹ ਨਹੀਂ ਦਿਖਿਆ ਸਾਨੂੰ ਤਾਂ ਕੋਸਮ ਨਹੀਂ ਦੇਖਿਆ 3 ਸਾਡੀਆਂ ਜਨਾਨੀਆਂ ਨੰਗਦੀਆਂ ਵਿੱਚ ਮੋਟਰਸਾਈਕਲ ਤੇ 10 ਦਾ 20 ਵੀ ਖਿਡਾਰੇ ਹੁੰਦੇ ਕੋਈ ਉਹ ਨੁੱਕਰ ਚ ਖਲੋਤਾ ਹੁੰਦਾ ਕੋਈ ਉਹ ਨੁੱਕਰ ਚ ਖਲੋਤਾ ਜਨਾਨੀਆਂ ਫਿਰ ਸਾਨੂੰ ਘਰੇ ਲਾਂਵੇਂ ਜਿੰਦੀਆਂ ਤੁਸੀਂ ਕੀ ਕਰਦੇ ਹੋ ਜੋ ਵੀ ਇੱਥੇ ਬਾਰੋਂ ਬੰਦੇ ਆ ਕੇ ਖਲੋਤੇ ਰਹਿੰਦੇ ਆਂ ਸਾਨੂੰ ਤੇ ਕੂੜਾ ਸੁੱਟਣਾ ਹੁੰਦਾ ਵਾ ਬਾਹਰ ਜਾਣਾ ਹੁੰਦਾ ਵਾ ਬਾਜ਼ਾਰ ਜਾਣਾ ਹੁੰਦਾ ਪੁਲਿਸ ਸਾਰੇ ਇਦਾਂ ਵਾ ਪੁਲਿਸ ਵੀ ਕਹਿੰਦੀ ਆ ਵੀ ਸਾਨੂੰ ਫੜ ਕੇ ਫੜਾਉਦੇ ਅਸੀਂ ਫੜ ਕੇ ਕਿਦਾਂ ਫੜਾ ਦਈਏ ਇਤਰਾ ਦੇ ਹਾਲਾਤ ਜਿਹੜੇ ਇੱਥੋਂ ਪਾਰ ਕੇ ਤਾਂ ਨਹੀਂ ਪਾ ਬਹੁਤ ਮਾਰੇ ਬਣ ਚੁੱਕੇ ਆ ਇੱਕ ਪੱਕੋ ਪੁਰਦਾ ਇੱਥੇ ਸੀ ਟੀਕਾ ਲਾਇਆ ਸੀ ਉਹ ਵਿਚਾਰਾ ਤਾਂ ਤਾਂ ਚੱਲਿਆ ਸੀ ਉਹਦੇ ਸਿਰ 'ਚ ਪਾਣੀ ਪਾ ਪੂਕੇ ਤੇ ਇਹਨਾਂ ਨੇ ਗੁੰਦਾ ਉਹਦਾ ਬਚਾਲਿਆ ਮੈਂ ਤਾਂ ਕਹਾ ਚਲੋ ਮਰਨ ਦੇ ਉਹਨੂੰ ਇਹਦਾ ਘਰੀਕ ਆਪਾਂ ਕਰਾਂਗੇ ਇਸੇ ਪਿੱਟ 'ਚ ਆਪਾਂ ਤੇ ਫਿਰ ਕੋਈ ਥੱਲ ਪਾਈ ਜਾਊਗੀ ਉਹ ਸਭਾ ਵਾਡਾ ਜਾ ਤੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ ਨਹੀਂ ਜੀ ਉਹ ਸਰਕਾਰ ਨੂੰ ਜੇ ਆਖੀਦਾ ਤਾਂ ਪਹਿਲੀ ਗੱਲ ਤੇ ਜੇ ਨੰਬਰ ਚੱਲ ਜਾਂਦਾ ਉਸ ਵੇਲੇ ਦੱਸ ਦਿੰਦੇ ਆ ਫਲਾਣੇ ਨੇ ਸਾਨੂੰ ਫੋਨ ਕੀਤਾ ਤੇ ਜੇ ਆਉਂਦੇ ਆ ਤੇ ਦੂਰੋਂ ਉਥੋਂ ਹੋਲਡਰ ਮਾਰਦੇ ਆਉਂਦੇ ਜਿਹੜਾ ਵੇਖਦੇ ਹੋ ਘਰਾਂ ਨੂੰ ਭੱਜ ਜਾਂਦੇ ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਸੰਦੂਸ ਸਵਾਗਤ ਕਰਦਾ ਹਾਂ ਅੱਜ ਗੱਲ ਕਰਨ ਲੱਗੇ ਆ ਪੰਜਾਬ ਸਰਕਾਰ ਨੂੰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੱਖਾਂ ਹੀ ਵਾਅਦੇ ਕੀਤੇ ਜਾਂਦੇ ਨੇ ਕਿ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਂਦਾ ਵਾ ਐਸਾ ਹੀ ਮਾਮਲਾ ਜਿਲ੍ਹਾ ਤਰਨਤਾਰਨ ਦੇ ਚੋਲਾ ਸਾਹਿਬ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਕਿ ਨਸ਼ਾ ਬਿਲਕੁਲ ਸੁਰਖੀਆਂ ਤੇ ਪਾਇਆ ਜਾ ਰਿਹਾ ਵਾ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਦੇ ਪਿੰਡ ਵਾਲੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਕਿ ਨਸ਼ੇ ਦੇ ਵਿੱਚ ਤੁਹਾਡੇ ਨੌਜਵਾਨ ਜਾ ਰਹੇ ਨੇ ਕਿਸ ਤਰ੍ਹਾਂ ਜ਼ਿੰਦਗੀ ਕੱਟ ਰਹੀ ਹੈ ਤੁਹਾਡੀ ਕਿਹਨਾਂ ਵੀਰ ਜੀ ਆਪਣਾ ਜੀ ਸਰਦਾਰ ਹਰਜਿੰਦਰ ਸਿੰਘ ਜੀ ਵੀਰ ਜੀ ਜਿਹੜੇ ਤੁਸੀਂ ਅੱਜ ਇਕੱਠੇ ਹੋਏ ਹੋ ਕਿਸ ਬੰਦੇ ਦੇ ਵਿੱਚ ਇਕੱਠੇ ਹੋਏ ਹੋ ਜੀ ਇਹ ਸਾਰੇ ਅਸੀਂ ਨਸ਼ੇ ਦੇ ਖਿਲਾਫ ਹੀ ਇਕੱਠੇ ਹੋਏ ਆ ਕੋਈ ਸਰਕਾਰ ਨੇ ਕੋਈ ਇਹ ਤੇ ਪਾਬੰਦੀ ਨਹੀਂ ਕਰਨਦੀ ਕੋਈ ਇੱਥੇ ਕੋਈ ਮੁਲਾਜ਼ਮ ਜਾਂ ਕੋਈ ਵੈਰਾ ਵਗੈਰਾ ਜੇ ਕੋਈ ਦੱਸੀ ਵਾਹ ਦਿੰਦੇ ਅਸੀਂ ਇੱਥੇ ਨਹੀਂ ਇੱਥੇ ਜਾਂ ਫਲਾਂ ਟਿੰਗਾ ਇੱਥੇ ਕੋਈ ਪਿੰਡੋਂ ਦੂਜੇ ਤੇ ਜੋਂ ਆ ਕੇ ਨਸ਼ਾ ਫੁੱਲ ਵੇਚਦੇ ਆ ਜੇ ਉਹਨਾਂ ਨਾਲ ਗੱਲ ਕਰੀ ਦੀ ਆਉਂਦੇ ਪਾਰਕਾਂ ਤੁਸੀਂ ਮੋਦ ਲਈਆਂ ਰਜਿਸਟਰੀ ਕਰਾਈ ਆ ਉਹਨਾਂ ਆਖੀਦਾ ਭਰਾ ਨਸ਼ਾ ਜੇ ਕਰਨਾ ਉਹਦੇ ਘਰੇ ਜਾ ਕੇ ਕਰੋ ਸਾਡੀਆਂ ਪਾਰਕਾਂ ਨਾਮ ਨਾਮ ਕਰੋ ਜੇ ਅਸੀਂ ਇਹੋ ਜੀ ਗੱਲ ਕਰਦੇ ਆ ਤੇ ਆਉਂਦਿਆਂ ਬਕਾਇਦਾ ਧਮਕੀਆਂ ਦੇ ਦਿੰਦੇ ਇਹ ਗਾੜੀ ਗਾੜੀ ਲੱਗਦਾ ਫਿਰ ਇਹ ਦੇ ਨਾ ਕਰੀਏ ਗੱਲ ਇਹ ਸਾਡੇ ਦੇ ਕੰਟਰੋਲ ਕਰਦਾ ਪੇ ਲੈ ਇਹਨੂੰ ਕੰਟਰੋਲ ਕਰੀਏ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਗਾੜੀ ਵੀ ਹੱਥ ਜੋੜ ਕੇ ਪੁਲਿਸ ਪ੍ਰਦਰਸ਼ਨ ਗਾੜੀ ਵੀ ਪੀ ਸਾਡੀ ਫੁੱਲ ਸਪੋਰਟ ਕੀਤੀ ਜਾਵੇ ਸਾਡੀ ਮਤ ਕੀਤੀ ਜਾਵੇ ਆਉਣ ਵਾਲੀ ਪੀੜ੍ਹੀ ਨੂੰ ਹੀ ਬਚਾਉਂਦੇ ਆ ਜੇ ਅਸੀਂ ਮਾਰਾ ਕਰਦੇ ਆ ਤੇ ਫਿਰ ਸਾਡੇ ਤੇ ਤੁਸੀਂ ਰੋਸ ਕਰੋ ਜੇ ਅਸੀਂ ਚੰਗਾ ਕਰਦੇ ਆ ਫਿਰ ਸਾਡਾ ਸਸਦੋ ਵੈਗਜੀ ਕਾ ਖਾਲਸਾ ਸਰਕਾਰ ਤਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੱਖਾਂ ਵਾਅਦੇ ਕਰਦੀ ਹੈ ਕਿ ਨਸ਼ੇ ਨੂੰ ਬਿਲਕੁਲ ਖਤਮ ਕੀਤਾ ਜਾਂਦਾ ਕਿਸ ਤਰ੍ਹਾਂ ਤੇ ਇੱਕ ਦੋ ਸਰਕਾਰ ਦੇ ਵਾਅਦਿਆਂ ਨੂੰ ਸਾਨੂੰ ਤੇ ਜੇ ਕੋਹ ਨਹੀਂ ਦਿਖਿਆ ਸਾਨੂੰ ਕੋਸ ਵੀ ਨਹੀਂ ਦਿਖਿਆ ਕਿਉਂਕਿ ਅਸੀਂ ਸਰਕਾਰ ਤੇ ਆਪਣੇ ਥਾਂ ਬੈਠੀ ਆ ਅਸੀਂ ਇੱਥੇ ਆਪ ਲੋਕਾਂ ਨਾਲ ਲੜਦੇ ਫਿਰਦੇ ਰਹਿੰਦੇ ਆ ਪੀ ਸਾਡੀਆਂ ਜਨਾਨੀਆਂ ਨੰਗਦੀਆਂ ਵਿੱਚ ਇੱਥੇ ਮੋਟਰਸਾਈਕਲ ਤੇ 10 ਦਾ 20 ਵੀ ਖਿਡਾਰੇ ਹੁੰਦੇ ਕੋਈ ਉਹ ਨੁੱਕਰ 'ਚ ਖਲੋਤਾ ਹੁੰਦਾ ਕੋਈ ਉਹ ਨੁੱਕਰ 'ਚ ਖਲੋਤਾ ਤੇ ਜਨਾਦੀਆਂ ਫਿਰ ਸਾਨੂੰ ਘਰੇ ਲਾਂਵੇਂ ਜਿੰਦਗੀਆਂ ਤੁਸੀਂ ਕੀ ਕਰਦੇ ਜੋ ਵੀ ਇੱਥੇ ਬਾਹਰੋਂ ਬੰਦੇ ਆ ਕੇ ਖਲੋਤੇ ਰਹਿੰਦੇ ਆਂ ਅਸੀਂ ਸਾਨੂੰ ਤੇ ਕੂੜਾ ਸੁੱਟਣਾ ਹੁੰਦਾ ਬਾਹਰ ਜਾਣਾ ਹੁੰਦਾ ਬਾਜ਼ਾਰ ਜਾਣਾ ਹੁੰਦਾ ਅਸੀਂ ਤੰਗ ਪਰੇਸ਼ਾਨ ਹੋਏ ਆਂ ਤੇ ਜਿਹੜੀ ਉੱਥੋਂ ਦੀ ਪੁਲਿਸ ਵਾ ਉਹਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੀ ਨਹੀਂ ਪੁਲਿਸ ਸਰ ਇਦਾਂ ਵਾ ਪੁਲਿਸ ਵੀ ਕਹਿੰਦੀ ਆ ਵੀ ਸਾਨੂੰ ਫੜ ਕੇ ਫੜਾਓ ਤੇ ਅਸੀਂ ਫੜ ਕੇ ਕਿੱਦਾਂ ਫੜਾ ਦਈਏ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਇਹ ਕਰਦੇ ਆਂ ਵੀ ਜਦੋਂ ਅਸੀਂ ਕੋਈ ਆਪਣਾ ਕਾਲ ਕਰਦੇ ਆਂ ਸਰਕਾਰ ਨੂੰ ਜਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਹ ਮਿੰਟੇ ਚ ਆ ਕੇ ਸਾਪਾ ਦੇ ਇਥੇ ਦਿਹਾੜੀ ਚ ਘੱਟੋ ਘਾਟ ਜਿਆਦੇ ਨਹੀਂ ਤੇ 6-7 ਰੇਡ ਤੇ ਵੱਜਣੇ ਚਾਹੀਦੇ ਆ ਜੀ ਸਾਡੇ ਨਾਲ ਕੁਝ ਭੈਣਾ ਭਾਈ ਮੌਜੂਦ ਨੇ ਗੱਲਬਾਤ ਕਰਦੇ ਆਂ ਕਿ ਜਿਹੜੇ ਨੌਜਵਾਨ ਨੇ ਨਸ਼ੇ ਦੇ ਵਿੱਚ ਜਾ ਰਹੇ ਨੇ ਕੀ ਕਾਰਨ ਕੀ ਨਾ ਪੈਂਦੀ ਆਪਣੇ ਜੀ ਸਫੰਤਪੁਰ ਮਤ ਜਿਹੜਾ ਤੁਹਾਡੇ ਲੋ ਅੱਜ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸ ਬੰਦੇ ਦੇ ਵਿੱਚ ਕੀਤਾ ਗਿਆ ਨਸ਼ੇ ਦੇ ਪ੍ਰਬੰਧ ਚ ਇਹ ਜਿਹੜਾ ਇੱਥੇ ਨਸ਼ਾ ਵਾ ਬੀਤੇ ਦਿਨੀ ਵੀਡੀਓ ਵੀ ਵਾਇਰਲ ਹੋਈਆਂ ਕਾਫੀ ਇੱਥੋਂ ਦੀਆਂ ਤੇ ਕੀ ਕਾਰਨ ਬਿਲਕੁਲ ਨਸ਼ੇ ਨੂੰ ਠਾ ਲੈਣੀ ਪਈ ਜੀ ਨਹੀਂ ਜੀ ਸਗੋਂ ਵਾਦਾ ਜਾ ਰਿਹਾ ਜੀ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੋਂ ਪਾਰ ਕੇ ਤੇ ਬਣ ਚੁੱਕੇ ਨੇ ਬਹੁਤ ਮਾੜੇ ਬਣ ਚੁੱਕੇ ਆ ਇੱਕ ਪੱਖੋਪੁਰ ਦਾ ਇੱਥੇ ਜੀ ਟੀਕਾ ਲਾਇਆ ਸੀ ਉਹ ਵਿਚਾਰਾ ਤਾਂ ਚੱਲਿਆ ਸੀ ਉਹਦੇ ਸਿਰ 'ਚ ਪਾਣੀ ਪਾ ਪੂ ਕੇ ਤੇ ਇਹਨਾਂ ਨੇ ਦੰਦ ਆ ਉਹਦਾ ਬਚਾ ਲਿਆ ਮੈਂ ਤਾਂ ਆਖਿਆ ਚਲੋ ਮਰਨ ਦੇ ਉਹਨੂੰ ਇਹਦਾ ਘਰੀਕ ਆਪਾਂ ਕਰਾਂਗੇ ਸਿਰ ਪਿੱਟ ਸੀ ਆਪਾਂ ਤੇ ਫਿਰ ਕੋਈ ਥੱਲ ਪਾਈ ਜਾਊਗੀ ਉਹ ਸਗੋਂ ਵਾਦਾ ਜਾ ਰਿਹਾ ਤੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ ਨਹੀਂ ਜੀ ਉਹ ਸਰਕਾਰ ਨੂੰ ਜੇ ਆਖੀਦਾ ਤਾਂ ਪਹਿਲੀ ਗੱਲ ਤਾਂ ਜੇ ਨੰਬਰ ਚੱਲ ਜਾਂਦਾ ਉਸ ਵੇਲੇ ਦੱਸ ਦਿੰਦੇ ਆ ਫਲਾਣੇ ਨੇ ਸਾਨੂੰ ਫੋਨ ਕੀਤਾ ਸੀ ਪੁਲਿਸ ਨੂੰ ਤੇ ਜੇ ਆਉਂਦੇ ਆ ਤੇ ਉਹ ਦੂਰੋਂ ਉਥੋਂ ਹੋਲਡਰ ਮਾਰਦੇ ਆਉਂਦੇ ਜਿਹੜਾ ਵੇਖਦੇ ਉਹ ਘਰਾਂ ਨੂੰ ਭੱਜ ਜਾਂਦੇ ਆ ਇਥੋਂ ਦੇ ਵਿਧਾਇਕ ਨੇ ਜਿਹੜੇ ਲਾਲਪੁਰਾ ਸਾਹਿਬ ਨੇ ਕੀ ਉਹਨਾਂ ਨੇ ਲਾਲਪੁਰਾਂ ਦੇ ਸੀ ਕਿ ਨਸ਼ਾ ਬੰਦ ਕਰਦਾਂਗੇ ਉਹ ਉਹਨਾਂ ਨੂੰ ਦੋ ਵਾਰੀ ਫੋਨ ਲਾਇਆ ਉਹਨਾਂ ਨੇ ਫੋਨ ਹੀ ਨਹੀਂ ਚੱਕਿਆ ਜੇਕਰ ਨਸ਼ਾ ਨਹੀਂ ਬੰਦ ਹੁੰਦਾ ਤਾਂ ਜਿਹੜੇ ਨੌਜਵਾਨ ਆ ਕੀ ਤੁਸੀਂ ਗਾਉਂ ਨੂੰ ਕਹਿਣਾ ਚਾਹੁੰਦੇ ਜੀ ਅਸੀਂ ਆਂਦੇ ਆ ਵੀ ਨਸ਼ਾ ਬੰਦ ਕਰ ਦ ਤੇ ਆਪ ਬੱਚੇ ਜਿਹੜੇ ਆਉਣ ਵਾਲੇ ਇਹ ਵੱਜ ਜਾਣ ਚਲੋ ਸਾਡੇ ਤਾਂ ਲੱਗੇ ਹੀ ਲੱਗੇ ਆ ਅਸੀਂ ਇਹਨਾਂ ਦੇ ਬੱਚਿਆਂ ਨੂੰ ਆਨੇ ਆਂ ਵੀ ਤੁਸੀਂ ਆਪਣੇ ਬੱਚੇ ਬਚਾਓ ਜਿਹੜਾ ਕਿ ਇੱਥੇ ਪਾਰਕਾਂ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ਰੇਮ ਨਸ਼ਾ ਵੇਚ ਰਿਹਾ ਵਾ ਜਿਹੜਾ ਕਿ ਕਿਸ ਤਰ੍ਹਾਂ ਕੋਈ ਟਾਈਮ ਆ ਜਾਂ ਲਗਾਤਾਰ ਹੀ ਆ ਟਾਈਮ ਜੀ ਹੋਣਾ ਤੁਸੀਂ ਅੱਧੇ ਘੰਟੇ ਨੂੰ ਆ ਜਾਓ ਜੇ ਤੇ ਇਹਨਾਂ ਨੇ ਕੱਚ ਲਾਤਾ ਵਾ ਜੇ ਕੋਈ ਨਾ ਵੜਿਆ ਠੀਕ ਆ ਤਾਂ ਤੁਸੀਂ ਆਪਦਾ ਮੈਨੂੰ ਫੋਨ ਨੰਬਰ ਦਾ ਤਾਂ ਮੈਂ ਦੱਸ ਦੂ ਤੁਸੀਂ ਵੀਡੀਓ ਬਣਾ ਲਿਓ ਪਤਾ ਲੱਗ ਜੂ ਕਿਹੜਾ ਕਿਹੜਾ ਹੈਗਾ ਕਿਹੜਾ ਨਾਂ ਤੇ ਮੈਂ ਲੈ ਨਹੀਂ ਸਕਦੀ ਜੇ ਮੈਂ ਨਾਂ ਲਿਆ ਤੇ ਮੇਰੇ ਇੱਥੇ ਹੁੰਦੇ ਆਉਣਦੇ ਸਿਰ ਪਾੜ ਦੇਣ ਤੇ ਮੈਨੂੰ ਕੋਈ ਫਾਇਦਾ ਨਹੀਂ ਲੱਭਣਾ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਨਸ਼ਾ ਬੰਦ ਕੀਤਾ ਜਾਵੇ ਸਾਡੇ ਨਾਲ ਕੁਝ ਹੋਰ ਵੀ ਵੀਰ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਨਾ ਬਾਈ ਜੀ ਆਪਣੇ ਜੀ ਦਲਵਿੰਦਰ ਸਿੰਘ ਜੀ ਕਿਸ ਤਰ੍ਹਾਂ ਜਿਹੜੇ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਚੁੱਕੇ ਨੇ ਬਹੁਤ ਹਾਲਾਤ ਮਾੜੇ ਹੋ ਚੁੱਕੇ ਪਿੰਡ 'ਚ ਐ ਵਕਤ ਤੇ ਜਨਾਨੀ ਦੁਪਹਿਰੇ ਨਿਗਲ ਤੋਂ ਡਰਦੀ ਆ ਕੋਈ ਨਸ਼ੇ ਦਾ ਕੋਈ ਪਤਾ ਨਹੀਂ ਵੀ ਨਸ਼ੇ ਕਰਕੇ ਨਾ ਜਨਾਨੀ ਨੂੰ ਕੀ ਕੀ ਕਰ ਦੇਣਾ ਵਾਰੀਆਂ ਲਾ ਲੈਣ ਤੇ ਵਾਰੀਆਂ ਲਾ ਲੈਣ ਤੇ ਚੋਰੀ ਕਰ ਲੈਣ ਤੇ ਜਿਹੜੇ ਬੱਚੇ ਆਉਣ ਵਾਲੇ ਭਵਿੱਖਾ ਉਹਨੇ ਖਰਾਬ ਹੋਣ ਡਿਆ ਤੇ ਜਿਹੜੀ ਸਰਕਾਰ ਆ ਜੋ ਜਿੱਤਣ ਲੱਗੀ ਆ ਬੋਟਾ ਟਾਈਮ ਦਾਵਾ ਤੇ ਉਹ ਰੋ ਕਹਿੰਦੇ ਅਸੀਂ ਤੁਹਾਡੀ ਮਦਦਤ ਕਰਾਂਗੇ ਤੁਹਾਡਾ ਸਾਥ ਦੇਵਾਂਗੇ ਜਦੋਂ ਜਿੱਤ ਜਾਂਦੀ ਆ ਤਾਂ ਸਰਕਾਰ ਅੱਖਾਂ ਬੀਟ ਲੈਂਦੀ ਆ ਸਰਕਾਰ ਨੂੰ ਇਹ ਨਹੀਂ ਪਤਾ ਦਬੀ ਜਿਹੜੀ ਜਨਤਾ ਨੇ ਜਿੱਤਿਆ ਵਾ ਜੇ ਜਨਤਾ ਨੇ ਸਾਨੂੰ ਜਿੱਤਾਇਆ ਕਹਿਰਾ ਚੇਤਾਇਆ ਕਿ ਜਨਤਾਰੀ ਅਸਾਬ ਤੇ ਕਰਨਾ ਚਾਹੀਤੇ ਜਨਤਾਰੀ ਵੀ ਸਾਫ ਜਿਹੜਾ ਕਰਨਾ ਕੋਈ ਵੀ ਗਾੜੀ ਭਵਿੱਖਾ ਚ ਬੱਚਿਆਂ ਦਾ ਉਹ ਸਹੀ ਹੋਣਾ ਚਾਹੀਦਾ ਤੇ ਗਾੜੀ ਸਹੀ ਹੋਵੇ ਨਾ ਜਿਹੜਾ ਵਿਗੜਨ ਦੇਵਾ ਇਹ ਬੱਚੇ ਜਿਹੜੇ ਛੋਟੇ-ਛੋਟੇ ਆ ਉਹ ਜਿਹੜੇ ਇੱਥੇ ਟੀਕੇ ਲਾਉਂਦੇ ਨੇ ਨਸ਼ੇ ਕਰਦੇ ਉਹਨਾਂ ਨਾਲ ਵੇ ਵੇ ਇੱਕ ਬੱਚੇ ਵੀ ਗਿੱਜਣ ਦੇ ਆ ਗਾੜੀ ਤੇ ਸਿਰੰਜਾ ਫੜ ਫੜ ਕੇ ਇੱਕ ਜੀ ਜੂਨ ਕਹਿੰਦੇ ਮੈਂ ਤੇਰੇ ਲਾਵਾਂ ਮੈਂ ਤੇਰੇ ਲਾਵਾਂ ਦੇ ਹਿਸਾਬ ਨਾਲ ਬੱਚੇ ਦਾ ਪੋਵਿਸ਼ਨ ਖਤਮ ਹੋਣ ਡਿਆ ਵਾ ਤੇ ਜਿਹੜੀ ਗਾੜੀ ਪੀੜੀ ਆਉਣ ਵਾਲੀ ਆ ਇਹ ਗਾੜੀ ਖਤਮ ਹੋ ਜਾਣੀ ਆ ਤੇ ਜਿਹੜੇ ਨੌਜਵਾਨ ਆ ਨੌਜਵਾਨ ਨਹੀਂ ਰਹਿਣਗੇ ਨੌਜਵਾਨ ਖਤਮ ਹੋ ਜਾਣਗੇ ਕੋ ਜਿਹੜਾ ਮੈਂ ਕਹਿਣਾ ਚਾਹਣਾ ਵਾ ਕਿ ਜਿਹੜੀ ਸਰਕਾਰ ਆ ਨਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਜੋ ਸਰਕਾਰ ਜਿੱਤਦੀ ਆ ਤਾਂ ਕਈ ਵਾਦੇ ਕਰਦੇ ਆ ਤੁਜੋ ਜੇਤੀ ਜਾਂਦੀ ਹੈ ਸਰਕਾਰ ਵਾਦੇ ਸਭ ਭੁੱਲ ਜਾਂਦੀ ਆ ਜਿਤਰਾ ਰਾਤ ਨੂੰ दारू ਪੀਂਦੇ ਆ ਤੇ ਦਿਨੇ ਆਖ ਦਿੰਦੇ ਆ ਵੀ ਸਾਨੂੰ ਪਤਾ ਨਹੀਂ ਕੀ ਕਰ ਬੋਲ ਗਏ ਆ ਉਹ ਸਭ ਸਰਕਾਰ ਦਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਨਸ਼ਾ ਨੂੰ ਕਿੰਨੀ ਦੇਰ ਤੱਕ ਜਿਹੜੀ ਕਿ ਠੱਲ ਪਾਉਂਦੀ ਆ ਸਕਰੋਲ ਪੰਜਾਬ ਲਈ ਤਰਨ ਤਰਨ ਤੋਂ ਦਰਸ਼ਨ ਸਿੰਘ ਸੰਧੂ